ਪੰਜਾਬ ਦੇ ਹੈਲਥ ਸੈਕਟਰ ਵਾਸਤੇ 4676 ਕਰੋੜ ਦਾ ਬਜਟ ਰੱਖਿਆ ਕੀ ਲੋਕਾਂ ਨੂੰ ਚੰਗੀਆਂ ਸੁਵਿਧਾਵਾਂ ਦੇ ਪਾਉਣਗੇ ਸਾਡੇ ਨਾਲ ਹੈਲਥ ਮਿਨਿਸਟਰ ਹੈਗੇ ਨੇ ਬਲਵੀਰ ਸਿੱਧੂ ਸਿੱਧੂ ਸਾਹਿਬ ਪਹਿਲਾਂ ਤਾਂ ਬਜਟ ਜੇ ਆਲ ਓਵਰ ਬਜਟ ਤੇ ਕੀ ਟਿੱਪਣੀ ਰਹੂਗੀ ਦੇਖੋ ਜੀ ਮੈਨੂੰ ਤਕਰੀਬਨ 13-14 ਸਾਲ ਐਮਐਲਏ ਬਣੇ ਨੂੰ ਹੋ ਗਏ ਪਹਿਲੀ ਵਾਰ ਮੈਂ ਇੱਕ ਖੁਸ਼ਨੁਮਾ ਜਿਹੜਾ ਬਜਟ ਹੈ ਉਹ ਅੱਜ ਵੇਖਿਆ ਔਰ ਜਿਸ ਬਜਟ ਦੇ ਵਿੱਚ ਹਰ ਵਰਗ ਨੂੰ ਪ੍ਰੋਪਰ ਉਹਦਾ ਸ਼ੇਅਰ ਬਣਦਾ ਸੀਗਾ ਜੋ ਡਿਜ਼ਰਵ ਕਰਦਾ ਸੀਗਾ ਉਹ ਦਿੱਤਾ ਗਿਆ ਔਰ ਖਾਸ ਕਰਕੇ ਜਿਹੜੇ ਜ਼ਰੂਰਤਮੰਦ ਲੋਕ ਸੀ ਉਹਨਾਂ ਦੀ ਗੱਲ ਇਸ ਬਜਟ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਕੀਤੀ ਗਈ ਫੈਸਿਲਿਟੀਆਂ ਕਿਹੋ ਜਿਹੀਆਂ ਲੋਕਾਂ ਨੂੰ ਰਹਿਣਗੀਆਂ ਕਿਉਂਕਿ ਤੁਹਾਨੂੰ ਸੈਂਟਰ ਵਧਾਉਣ ਦੀ ਵੀ ਗੱਲ ਕੀਤੀ ਹੈ ਅਤੇ ਮੈਡੀਕਲ ਕੋਲ ਦੇਖੋ ਜੀ 4000 ਕਰੋੜ ਰੁਪਇਆ ਸਾਡੇ ਮੈਡੀਕਲ ਸਹੂਲਤਾਂ ਵਾਸਤੇ ਰੱਖਿਆ ਗਿਆ ਜਿਹੜਾ ਮੈਡੀਕਲ ਐਜੂਕੇਸ਼ਨ ਉਹ ਵੱਖਰਾ ਉਹ ਜਿਹੜਾ ਡਿਫਰੈਂਟ ਹੈਗਾ ਵੱਖਰਾ ਮਹਿਕਮਾ ਤਿੰਨ ਮੈਡੀਕਲ ਕਾਲਜ ਪੰਜਾਬ ਦੇ ਵਿੱਚ ਬਣਦੇ ਇੱਕ ਤਾਂ ਮੋਹਾਲੀ ਜਿਹੜਾ ਆਲਮੋਸਟ ਇਸ ਸਾਲ ਤਿਆਰ ਹੋ ਜਾਏਗਾ ਔਰ ਕਲਾਸਾਂ ਸਟਾਰਟ ਹੋ ਜਾਣਗੀਆਂ 2 ਹੁਸ਼ਿਆਰਪੁਰ ਅਤੇ ਕਪੂਰਥਲਾ ਅਤੇ ਜੋ ਸਾਡੇ ਡਾਕਟਰਾਂ ਦੀ ਕਮੀ ਆ ਉਹਨੂੰ ਵੀ ਪੂਰਾ ਕਰਨਗੇ ਇੱਕ ਲਾਸਟ ਨਹੀਂ ਪੁੱਛੂੰਗਾ ਕਿ ਜਿਸ ਤਰ੍ਹਾਂ ਦੇ ਨਾਲ ਕਿ ਛੋਟੀ ਉਮਰੇ ਹੀ ਬਿਮਾਰੀਆਂ ਫੜੀਆਂ ਜਾਣ ਜਾਂ ਬੱਚੇ ਤੰਦਰੁਸਤ ਰਹਿਣ ਉਹਦੇ ਵਾਸਤੇ ਉਹ ਕੀ ਬਹੁਤ ਹੀ ਅੱਛੀ ਸਕੀਮ ਹੈ ਔਰ ਉਹਦੇ ਨਾਲ ਕੀ ਅਸੀਂ ਜਿਹੜਾ ਸਾਡਾ ਬੱਚੇ ਦਾ ਪਾਲਣ ਪੋਸ਼ਣ ਹੈ ਜਾਂ ਉਹਦੇ ਕਿਸ ਵਿਟਾਮਿਨ ਦੀ ਘਾਟ ਆ ਜਾਂ ਕਿਹੜੇ ਕਿਹੜੇ ਕਮੀ ਪੇਸ਼ ਉਹ ਸਾਰੀਆਂ ਸਾਨੂੰ ਫਸਟ ਏਜ 'ਤੇ ਸਾਡੇ ਕੋਲ ਸਾਹਮਣੇ ਆ ਜਾਣਗੀਆਂ ਅਸੀਂ ਉਹਦਾ ਉਸ ਤੋਂ ਟ੍ਰੀਟਮੈਂਟ ਕਰਨਾ ਸ਼ੁਰੂ ਕਰਦੇ ਹਾਂ ਤਾਂ ਕਿ ਬੱਚੇ ਨੂੰ ਵੱਡੇ ਹੋਵੋ ਦਿੱਕਤ ਨਾ ਆਵੇ ਕਹਿ ਸਕਦੇ ਕਿ ਹੈਲਥ ਮਿਨਿਸਟਰ ਦਾ ਸਭ ਤੋਂ ਉੱਤੇ ਕਹਿਣਾ ਹੈ ਕਿ ਜਿਸ ਤਰ੍ਹਾਂ ਦੇ ਨਾਲ 4000 ਕਰੋੜ ਰੁਪਇਆ ਰੱਖਿਆ ਗਿਆ ਹੈਗਾ ਉਹ ਅਲੱਗ ਅਲੱਗ ਸੁਵਿਧਾਵਾਂ ਦੇ ਵਿੱਚ ਦਿੱਤਾ ਜਾਊਗਾ ਦਾਅਵਾ ਇਹੀ ਹੈ ਉਹਨਾਂ ਦਾ ਕਿ ਜਿਹੜੀਆਂ ਡਾਕਟਰੀ ਘਾਟਾਂ ਨੇ ਉਹਨੂੰ ਵੀ ਪੂਰਾ ਕੀਤਾ ਜਾਵੇ ਅਤੇ ਛੋਟੀ ਉਮਰੋਂ ਹੀ ਜੇ ਬੱਚੇ ਨੂੰ ਡਿਟੈਕਟ ਕਰਨਾ ਸ਼ੁਰੂ ਕਰੀਏ ਯਾਨੀ ਕਿ ਉਹਦੀ ਵੱਡੀ ਉਮਰ ਤੱਕ ਦਾ ਪੂਰਾ ਧਿਆਨ ਰੱਖਿਆ ਜਾਵੇ ਤਾਂ ਚੰਗੀ ਜਿਹੜੀ ਹੈ ਕਿ ਹੈਲਥ ਫੈਸਿਲਿਟੀ ਦਿੱਤੀ ਜਾ ਸਕਦੀ ਹੈ ਉਮੀਦਾਂ ਚੰਗੀਆਂ ਲੈ ਕੇ ਚੱਲੇ ਨੇ ਬਾਕੀ ਦੇਖਣਾ ਹੋਊਗਾ ਇਸ ਬਜਟ ਦਾ ਇੰਪੈਕਟ ਕਿਸ ਤਰ੍ਹਾਂ ਦੇ ਨਾਲ ਲੋਕਾਂ ਨੂੰ ਚੰਗਾ ਰਹਿੰਦਾ ਜਾਂ ਮਾੜਾ ਰਹਿੰਦਾ ਉਹ ਹਾਲਾਂਕਿ ਭਵਿੱਖ ਦੱਸੇਗਾ ਵੀਡੀਓ ਜਰਨਲਿਸਟ ਸੰਦੀਪ ਦੇ ਨਾਲ ਸੁਮਿਤ ਜੋਸ਼ੀ ਜਨਤਾ ਟੀਵੀ ਚੰਡੀਗੜ੍ਹ